ਅੱਗ ਨਾਲ ਜਲ ਰਹੀ ਟੈਂਪੋ ਟਰੈਵਲਰ ਤੇ ਟੈਂਪੋ ਟਰੈਵਲਰ ਵਿੱਚੋਂ ਨਿਕਲ ਰਹੀਆਂ ਸਵਾਰੀਆਂ। ਇਹ ਖਤਰਨਾਕ ਦ੍ਰਿਸ਼ ਹੈ ਰੂਪਨਗਰ ਚੰਡੀਗੜ੍ਹ ਮੁੱਖ ਮਾਰਗ ਦਾ। ਦਰਅਸਲ ਰਾਜਸਥਾਨ ਦੇ ਜੈਪੁਰ ਦਾ ਇੱਕ ਪਰਿਵਾਰ ਛੁੱਟੀਆਂ ਮਨਾਉਣ ਦੇ ਲਈ ਮਨਾਲੀ ਘੁੰਮਣ ਜਾ ਰਿਹਾ ਸੀ ਤੇ ਜਦੋਂ ਇਹ ਟੈਂਪੋ ਟਰੈਵਲਰ ਰੂਪਨਗਰ ਦੇ ਮੁਗਲ ਮਾਚਰੀ ਕੋਲ ਪਹੁੰਚਦੀ ਹੈ ਤਾਂ ਇਸ ਦੇ ਟਾਇਰ ਨੂੰ ਅੱਗ ਲੱਗ ਜਾਂਦੀ ਹੈ। ਬੱਚਿਆਂ ਅਤੇ ਔਰਤਾਂ ਸਮੇਤ ਸਭ ਨੇ ਚੀਕ ਚਿਹਾੜਾ ਪਾ ਦਿੱਤਾ। ਵੇਖਦੇ ਵੇਖਦੇ ਸਾਰੀ ਟੈਂਪੋ ਟਰੈਵਲਰ ਨੂੰ ਅੱਗ ਲੱਗ ਗਈ, ਜਿਸ ਨੂੰ ਲੋਕਾਂ ਦੀ ਸਹਾਇਤਾ ਨਾਲ ਬੁਝਾਇਆ ਗਿਆ। ਪਰਿਵਾਰਕ ਮੈਂਬਰ ਅਤੇ ਟੈਂਪੋ ਟਰੈਵਲਰ ਦਾ ਡਰਾਈਵਰ ਸੁਰੱਖਿਅਤ ਬਾਹਰ ਕੱਢ ਲਏ ਗਏ। ਪਰ ਇੱਥੇ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜਦੋਂ ਵੀ ਗਰਮੀ ਵਿੱਚ ਲੰਮਾ ਸਫ਼ਰ ਕਰਦੇ ਹੋ ਤਾਂ ਕਿਧਰੇ ਰਸਤੇ ਵਿੱਚ ਜ਼ਰੂਰ ਰੁਕਿਆ ਜਾਵੇ, ਕਿਉਂਕਿ ਸੜਕਾਂ ਗਰਮ ਹੁੰਦੀਆਂ ਨੇ ਅਤੇ ਗਰਮ ਸੜਕਾਂ ਕਾਰਨ ਟਾਇਰਾਂ ਨੂੰ ਅੱਗ ਲੱਗਣ ਦੇ ਵੱਧ ਚਾਂਸ ਹੋ ਜਾਂਦੇ ਨੇ। ਪਰ ਤੁਹਾਡੀ ਅਣਗਹਿਲੀ ਵੀ ਤੁਹਾਡੀ ਜਾਨ ਨੂੰ ਜ਼ੋਖਿਮ ਵਿੱਚ ਪਾ ਸਕਦੀ ਹੈ। ਇਸ ਕਰਕੇ ਇਹੀ ਕਹਾਂਗੇ ਕਿ ਸਾਵਧਾਨ।